ਪੰਜਾਬ 250 ਕਿਲੋਮੀਟਰ ਤੁਰ ਕੇ ਆਇਆ ਤੇ ਅਸੀਂ ਇੱਥੋਂ 20 ਕਿਲੋਮੀਟਰ ਤੋਂ ਤੁਰ ਕੇ ਸਾਨੂੰ ਸਾਡਾ ਪੰਜਾਬ ਨੂੰ ਮਿਲਣਾ ਬਣਦਾ ਸੀ। ਜਿਹੜਾ 6 ਮਹੀਨੇ ਰਹਿ ਕੇ ਆਪਣੇ ਖੇਤਾਂ 'ਚ ਪੁੱਤਾਂ ਵਾਂਗ ਫਸਲ ਨੂੰ ਪਾਲਦਾ ਕਿ ਉਹਨੂੰ ਪ੍ਰੋਡਕਟ ਵੇਚਣੇ ਨਹੀਂ ਆਉਂਦੇ। ਜਿਹੜੇ ਕਾਰਪੋਰੇਟ ਸੈਕਟਰ ਆ ਕੇ ਸਾਡੀਆਂ ਜ਼ਮੀਨਾਂ ਖਰੀਦ ਕੇ ਫੈਕਟਰੀਆਂ ਲਾਉਣਗੇ, ਕਿਉਂ ਅਸੀਂ ਫੈਕਟਰੀਆਂ ਨਹੀਂ ਲਗਾ ਸਕਦੇ? ਉਹਨਾਂ ਨੇ ਜੋ ਪੈਸਾ ਲਗਾਇਆ ਸਰਕਾਰ ਦੇ ਹਲਕ 'ਚ ਗੁੱਠਾ ਦੇ ਕੇ, ਜੋ ਉਹਨਾਂ ਦੇ ਆਪਣੇ ਪਿਛਲੇ ਰੇ ਮੋਟਿਵ ਨੇ, ਉਹ ਲੈਣਗੇ, ਉਹ ਕਰਵਾਉਣਗੇ। ਉਹ ਖਰਾਤ 'ਚ ਕੋਈ ਬਿਜ਼ਨਸਮੈਨ ਕਿਸੇ ਨੂੰ ਪੈਸਾ ਨਹੀਂ ਦਿੰਦਾ ਜਦ ਤੱਕ ਉਹਨੂੰ ਲੱਗਦਾ ਨਹੀਂ ਕਿ ਹਾਂ ਮੈਨੂੰ ਇੱਥੋਂ ਕੁਛ ਮਿਲਣਾ ਨਹੀਂ। ਲੱਚਰ ਗਾਣੇ ਪੂਰਾ ਯੋਗਦਾਨ ਉਹਨਾਂ ਦਾ ਪੰਜਾਬ ਨੂੰ ਬਰਬਾਦ ਕਰਨ 'ਚ। ਇੱਕ ਇਤਿਹਾਸ ਲਿਖਿਆ ਜਾ ਰਿਹਾ ਸਾਡੇ ਅੱਖਾਂ ਸਾਹਮਣੇ, ਇਤਿਹਾਸ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਉਹ ਸਾਨੂੰ ਪ੍ਰਤੱਖ ਦਿਸ ਰਿਹਾ। ਮਾਂ ਪਿਓ ਦੇ ਹਲਕ 'ਚ ਗੁੱਠਾ ਦੇ ਕੇ 2.5 ਲੱਖ ਲੈਂਦੇ ਨੇ, ਨਹੀਂ ਆਪਦੇ ਜਵਾਕ ਨੂੰ ਲੈ ਜਾਓ, ਠੀਕ ਹੈ? ਔਰ ਸਾਡੀਆਂ ਆਪਣੀਆਂ ਮਾਤਰ ਭਾਸ਼ਾਵਾਂ 'ਤੇ ਬੈਨ, ਤੁਸੀਂ ਜੀ ਪੰਜਾਬੀ ਬੋਲੋਗੇ ਤਾਂ ਤੁਹਾਨੂੰ ਜੁਰਮਾਨਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰ ਐਮ ਬੀ ਟੈਲੀਵਿਜ਼ਨ, ਮੈਂ ਰਤਨਦੀਪ ਸਿੰਘ ਧਾਲੀਵਾਲ। ਦਿੱਲੀ ਦੀਆਂ ਸੰਗਤਾਂ ਦੇ ਨਾਲ ਨਾਲ ਪੰਜਾਬ ਦੀਆਂ ਸੰਗਤਾਂ ਵੀ ਇੱਥੇ ਬੈਠੀਆਂ ਨੇ। ਪੰਜਾਬ ਦੀਆਂ ਸੰਗਤਾਂ ਤੋਂ ਭਾਵ ਉਹ ਲੋਕ ਜੋ ਹਜੇ ਘਰੇ ਸੀ, ਆਉਣਾ ਸ਼ੁਰੂ ਹੋ ਗਏ ਨੇ, ਵੱਡੀ ਤਾਦਾਦ ਦੇ ਵਿੱਚ ਲੋਕ ਆਏ ਨੇ। ਅਤੇ ਖਾਸ ਗੱਲ ਇਹ ਹੈ, ਇੱਥੇ ਸਾਡੀਆਂ ਭੈਣਾਂ ਮਾਵਾਂ ਵੀ ਆ ਰਹੀਆਂ ਨੇ, ਯੂਨੀਵਰਸਿਟੀ ਦੀਆਂ ਵਿਦਿਆਰਥਣ ਵੀ ਆ ਰਹੀਆਂ ਨੇ। ਸਾਡੇ ਨਾਲ ਇੱਕ ਭੈਣ ਮੌਜੂਦ ਹੈ, ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ ਜੀ। ਜੀ ਕਿੱਥੋਂ ਆਏ ਹੋ ਜੀ ਤੁਸੀਂ? ਵੀਰੇ ਮੈਂ ਆਈ ਤਾਂ ਦਿੱਲੀ ਤੋਂ ਹੀ ਹਾਂ, ਮੇਰੀ 3-4 ਸਾਲ ਤੋਂ ਇੱਥੇ ਹੀ ਹਾਂ, ਮੈਂ ਪੜ੍ਹਾਈ ਦੇ ਪਰਪਸ ਲਈ ਦਿੱਲੀ ਹਾਂ। ਪੰਜਾਬ ਤੋਂ ਮੇਰਾ ਜ਼ਿਲ੍ਹਾ ਮੋਹਾਲੀ ਹੈ ਅਤੇ ਚੰਡੀਗੜ੍ਹ ਤੋਂ 25 ਕਿਲੋਮੀਟਰ ਪੈ ਜਾਂਦਾ ਪਿੰਡ ਜੀ ਬਰਸਾਲਪੁਰ ਟੱਪਰੀਆਂ ਮੇਰਾ ਜੀ। ਅਤੇ ਇੱਥੇ ਮੇਰਾ ਮੰਨਣਾ ਹੈ ਕਿ ਪੰਜਾਬ 250 ਕਿਲੋਮੀਟਰ ਤੁਰ ਕੇ ਆਇਆ ਅਤੇ ਅਸੀਂ ਇੱਥੋਂ 20 ਕਿਲੋਮੀਟਰ ਤੋਂ ਤੁਰ ਕੇ ਸਾਨੂੰ ਸਾਡਾ ਪੰਜਾਬ ਨੂੰ ਮਿਲਣਾ ਬਣਦਾ ਸੀ। ਇਸ ਕਿਸਾਨ ਰੋਸ ਐਡੇ ਵੱਡੇ ਪ੍ਰਦਰਸ਼ਨ 'ਚ ਸਾਡੀ ਸ਼ਮੂਲੀਅਤ ਹੋਣੀ ਮੈਨੂੰ ਲੱਗਦਾ ਸੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਇਤਿਹਾਸ ਲਿਖਿਆ ਜਾ ਰਿਹਾ ਸਾਡੇ ਅੱਖਾਂ ਸਾਹਮਣੇ, ਇਤਿਹਾਸ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਉਹ ਸਾਨੂੰ ਪ੍ਰਤੱਖ ਦਿਸ ਰਿਹਾ। ਅਤੇ ਮੈਨੂੰ ਬਹੁਤ ਊਰਜਾਮਈ ਚੀਜ਼ ਲੱਗਦੀ ਹੈ, ਮੈਨੂੰ ਲੱਗਦੀ ਹੈ ਕਿ ਪੰਜਾਬ ਲਈ ਬਹੁਤ ਬੇਸ਼ਕੀਮਤੀ ਚੀਜ਼ਾਂ ਇਸ 'ਚੋਂ ਨਿਕਲਣਗੀਆਂ। ਜੋ ਪੰਜਾਬ ਤੁਸੀਂ ਬਹੁਤ ਵੱਡੀ ਗੱਲ ਆਖੀ ਵੀ ਪੰਜਾਬ ਨੂੰ ਮਿਲਣਾ ਸਾਡਾ ਫਰਜ਼ ਸੀ, ਤੁਸੀਂ ਪੰਜਾਬ ਲੱਗ ਗਿਆ ਵੀ ਸਾਰਾ ਇੱਥੇ ਆ ਗਿਆ। ਬਿਲਕੁਲ ਲੱਗਦਾ ਨਾ ਜੀ, ਹੋਲਾ ਮਹੱਲਾ ਹੁੰਦਾ ਆ, ਉੱਦਾਂ ਦਾ ਹਿਸਾਬ ਕਿਤਾਬ ਆ। ਬਹੁਤ ਊਰਜਾਮਈ, ਬਹੁਤ ਬੇਸ਼ਕੀਮਤੀ ਚੀਜ਼ ਹੈ। ਜਿਹੜੇ ਲੋਕ ਹਲੇ ਘਰਾਂ 'ਚ ਬੈਠੇ ਨੇ ਨਾ, ਉਹਨਾਂ ਨੂੰ ਆਉਣਾ ਚਾਹੀਦਾ, ਮਹਿਸੂਸ ਹੋਊਗਾ ਕਿ ਹਾਂ ਅਸੀਂ ਸਿੱਖ ਇਤਿਹਾਸ ਦਾ ਜੋ ਨਵਾਂ ਸਿਰਜ ਰਹੇ ਹਾਂ, ਪੰਜਾਬ ਲਈ ਦਾ ਇੱਕ ਹਿੱਸਾ ਬਣ ਰਹੇ ਹਾਂ। ਜੀ ਜੀ, ਬੜੇ ਲੋਕ ਕਹਿੰਦੇ ਆ ਵੀ ਜਿਹੜੇ ਨੌਜਵਾਨ ਹੁੰਦੇ ਆ, ਯੂਥ ਹੁੰਦਾ, ਉਹਨਾਂ ਨੂੰ ਰਾਜਨੀਤਿਕ ਦੀ ਇੰਨੀ ਸਮਝ ਨਹੀਂ ਹੁੰਦੀ, ਪਰ ਤੁਸੀਂ ਰਾਜਨੀਤਿਕ ਪੱਖ ਤੋਂ ਕਿਵੇਂ ਦੇਖ ਰਹੇ ਹੋ ਸਾਰੀ ਚੀਜ਼, ਕੇਂਦਰ ਸਰਕਾਰ ਦੀ ਭੂਮਿਕਾ, ਪੰਜਾਬ ਸਰਕਾਰ ਦੀ ਭੂਮਿਕਾ ਅਤੇ ਇੱਧਰੋਂ ਜਥੇਬੰਦੀਆਂ ਦੀ ਭੂਮਿਕਾ? ਵੀਰੇ, ਇਹ ਕਿਸਾਨ ਜਥੇਬੰਦੀਆਂ ਨੇ ਬਹੁਤ ਜਦੋਂ ਆਪਣਾ ਪੰਜਾਬ ਤੋਂ ਇਹ ਮੋਰਚਾ ਸ਼ੁਰੂ ਹੋਇਆ ਹੈ ਨਾ, ਉਹਨਾਂ ਨੇ ਸਾਰੀਆਂ, ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਸੀ, ਉਹਨਾਂ ਨੂੰ ਸਟੇਜ ਨਹੀਂ ਦਿੱਤੀ। ਬਹੁਤ ਸੂਝਵਾਨ ਔਰ ਬਰੀਕ ਡਿਸੀਜ਼ਨ ਸੀ ਇਹ। ਹੁਣ ਜੋ ਬਿੱਲਾਂ ਨੂੰ ਰੱਦ ਕਰਵਾਉਣ ਦਾ ਫੈਸਲਾ ਹੈ, ਸੈਂਟਰ ਆਫ ਦੇ ਹਿੰਡ 'ਤੇ ਅੜੀ ਹੋਈ ਹੈ ਜੀ, ਅਸੀਂ ਨਹੀਂ ਕਰਨੇ। ਸਾਡਾ ਕਿਸਾਨ ਜੋ ਜਥੇਬੰਦੀਆਂ ਉਹਨਾਂ ਨੇ ਆਪਣੀ ਲਾਈਕ ਜੋ ਉਹਨਾਂ ਨੇ ਰੱਦ ਕਰਨ ਤੋਂ ਬਾਅਦ ਵੀ ਅਸੀਂ ਨਹੀਂ ਕਰਨਾ, ਉਹ ਤੋਂ ਬਾਅਦ ਜੋ ਲਾਈਕ 7 ਪੰਨਿਆਂ ਦੀ ਰਣਨੀਤੀ ਦੁਬਾਰਾ ਉਲੀਕੀ ਆ, ਬਹੁਤ ਬਰੀਕ ਆ ਉਹ, ਠੀਕ ਹੈ? ਲਾਈਕ ਬਾਈਕਆਊਟ ਕਰਨਾ ਹੈ ਨਾ, ਆਪਾਂ ਚਲੋ ਬੋਲ ਚਾਲ ਗੱਲਬਾਤ ਵੀ ਹੈ, ਬਾਈਕਆਊਟ ਕਰਨਾ ਆਪਣਾ, ਜਿੰਨੇ ਟੋਲ ਪਲਾਜ਼ਾ ਹੈ ਉਹਨਾਂ ਦਾ ਘਿਰਾਓ ਕਰਨਾ ਹੈ ਨਾ, ਜਿੰਨੇ ਵੀ BJP ਜਾਂ ਜੋ ਵੀ ਪੋਲੀਟੀਸ਼ੀਅਨ ਨੇ ਉਹਨਾਂ ਦੇ ਵਰਕਰ ਨੇ ਉਹਨਾਂ ਦਾ ਬਾਈਕਆਊਟ ਕਰਨਾ, ਬਹੁਤ ਬਰੀਕ, ਬਹੁਤ ਬੇਸ਼ਕੀਮਤੀ ਚੀਜ਼ ਆ। ਇਹਦੇ ਨਾਲ ਇਸ ਮੋਰਚੇ ਨੇ ਸਾਰੇ ਪੰਜਾਬ ਨੂੰ, ਬਲਕਿ ਸਾਰੇ ਦੇਸ਼ ਨੂੰ ਇੱਕ ਦੁਬਾਰਾ ਤੋਂ ਇਕੱਠਾ ਕਰਤਾ ਆ। ਹਾਂ, ਸੈਂਟਰ ਆਪਦੀ ਇੱਕ ਆਪਣੀ ਹਿੰਡ ਆ, ਉਹ ਐਡੀ ਛੇਤੀ ਮੰਨਣ ਵਾਲੇ ਹੈ ਨਹੀਂ, ਉਹ ਹੈ ਕਿ ਡਿਲੇ ਕਰ ਰਹੇ ਹੈ, ਉਹਨਾਂ ਕੋਲ ਹੋਰ ਕੋਈ ਹੈ ਨਹੀਂ ਆਪਸ਼ਨ। ਇਹ ਕਾਨੂੰਨ ਜੋ ਤਿੰਨੋਂ ਆਏ ਨੇ ਬਹੁਤ ਘਾਤਕ ਨੇ, ਠੀਕ ਹੈ? ਜਦੋਂ ਗ੍ਰੀਨ ਰੈਵੋਲਿਊਸ਼ਨ ਆਇਆ ਉਹਨੇ ਕਿਸਾਨਾਂ ਨੂੰ ਮੁਹਤਾਜ ਬਣਾ ਦਿੱਤਾ, ਇਹਨੇ ਇਹ ਜਿਹੜੇ 3 ਬਿੱਲ ਆਏ ਨੇ ਨਾ, ਇਹਨਾਂ ਨੇ ਕਿਸਾਨਾਂ ਨੂੰ ਭਖਾਰੀ ਬਣਾ ਦੇਣਾ, ਆਪਣੇ ਖੇਤਾਂ 'ਚ ਬੰਧੂਆ ਮਜ਼ਦੂਰ, ਬਹੁਤ ਘਾਤਕ ਨੇ। ਅਗਰ ਮੈਨੂੰ ਲੱਗਦਾ ਕੋਈ ਸਰਕਾਰ ਅਗਰ ਉਹ ਵਾਕਈ ਕਹਿੰਦੀ ਹੈ, ਭਾਵੇਂ ਸਾਡੀ ਸਟੇਟ ਦੀ ਹੈ, ਸੈਂਟਰ ਦੀ ਹੈ, ਕਿ ਬਾਈ ਜੀ ਅਸੀਂ ਕਿਸਾਨਾਂ ਦੇ ਹਿੱਤ ਦੀ ਗੱਲ ਕਰ ਰਹੇ ਹਾਂ ਜੀ, ਕਿਸਾਨਾਂ ਨੂੰ ਉੱਤੇ ਚੁੱਕਣਾ, ਤੁਸੀਂ ਕਿਸਾਨਾਂ ਨੂੰ ਖੁਦਮੁਖਤਿਆਰੀ ਦਿਵੋ, ਠੀਕ ਹੈ? ਕਿਸਾਨ ਜਿਹੜਾ 6 ਮਹੀਨੇ ਰਹਿ ਕੇ ਆਪਣੇ ਖੇਤਾਂ 'ਚ ਪੁੱਤਾਂ ਵਾਂਗ ਫਸਲ ਨੂੰ ਪਾਲਦਾ ਕਿ ਉਹਨੂੰ ਪ੍ਰੋਡਕਟ ਵੇਚਣੇ ਨਹੀਂ ਆਉਂਦੇ। ਜਿਹੜੇ ਕਾਰਪੋਰੇਟ ਸੈਕਟਰ ਆ ਕੇ ਸਾਡੀਆਂ ਜ਼ਮੀਨਾਂ ਖਰੀਦ ਕੇ ਫੈਕਟਰੀਆਂ ਲਾਉਣਗੇ, ਕਿਉਂ ਅਸੀਂ ਫੈਕਟਰੀਆਂ ਨਹੀਂ ਲਗਾ ਸਕਦੇ? ਅਸੀਂ ਫਿਨਿਸ਼ਡ ਪ੍ਰੋਡਕਟ ਬਣਾ ਕੇ ਨਹੀਂ ਵੇਚ ਸਕਦੇ? ਅਤੇ ਮੁਹਤਾਜਗੀ, ਅਗਰ ਪੰਜਾਬ ਦੇ ਬਾਰੇ ਮੈਂ ਸੋਚਿਆ, ਮੁਹਤਾਜਗੀ ਸਾਡੇ ਕੋਸ਼ਟ ਹੈ ਨਹੀਂ ਲਫ਼ਜ਼, ਠੀਕ ਹੈ? ਪੰਜਾਬ ਹਮੇਸ਼ਾ ਖੁਦਮੁਖਤਿਆਰੀ ਲੋਚਦਾ, ਅਸੀਂ ਲੈ ਕੇ ਰਵਾਂਗੇ। ਤੁਸੀਂ ਦਿੱਲੀ ਰਹਿੰਦੇ ਹੋ, ਦਿੱਲੀ ਦੇ ਵਿੱਚ ਸਾਰਾ ਆਪਾਂ ਕਹਿ ਰਹੀਏ ਭਾਰਤ ਦੀ ਰਾਜਨੀਤੀ ਵੀ ਚੱਲਦੀ, ਇੱਥੋਂ ਸਾਰਾ ਕਾਰੋਬਾਰ ਚੱਲਦਾ ਗਾ, ਜਿਹੜੀ ਇੱਥੇ ਭੂਮਿਕਾ ਰਹਿੰਦੀ ਹੈ ਕੇਂਦਰ ਸਰਕਾਰ ਦੀ, ਤੁਹਾਨੂੰ ਲੱਗਦਾ ਗਾ ਵੀ ਉਹ ਵੀ ਲੋਕ ਪੱਖੀ ਨਹੀਂ, ਲੋਕ ਹਿਤੈਸ਼ੀ ਨਹੀਂ? ਉਹ ਵੀ
ਬਹੁਤ ਹੱਦ ਤੱਕ, ਕਿਉਂਕਿ ਅਗਰ ਜਿਹੜੀ ਇਸ ਸਰਕਾਰ ਦੀ ਗੱਲ ਕਰੀਏ ਉਹ ਸਿਰਫ ਆਪਾਂ ਭਾਵੇਂ ਦਿੱਲੀ ਦੀ ਗੱਲ ਕਰੀਏ ਭਾਵੇਂ ਓਵਰਆਲ ਪੂਰੇ ਦੇਸ਼ ਦੀ ਗੱਲ ਕਰੀਏ, ਜਿੰਨੀਆਂ ਵੀ ਮੋਟੀਆਂ ਮੋਟੀਆਂ ਪਾਲਿਸੀਆਂ ਲੈ ਕੇ ਆਏ ਨੇ ਸਾਰੀਆਂ ਕਾਰਪੋਰੇਟ ਘਰਾਣਿਆਂ ਨੂੰ ਹੀ ਬੈਨੀਫਿਟ ਕਰ ਰਹੀਆਂ ਨੇ, ਸਿੱਧਾ ਲੋਕਾਂ ਦਾ ਖੂਨ ਚੂਸਣ ਵਾਲਾ ਕੰਮ ਹੋ ਰਿਹਾ ਹਰ ਪੱਖੋਂ, ਹੈ ਨਾ, ਜਿੱਥੇ ਵੀ ਫਲਾਣਾ ਟੈਕਸ ਇਹ ਟੈਕਸ ਉਹ ਟੈਕਸ ਉਹ ਕਿ ਸਾਰਾ ਬੋਝ ਲੈ ਦੇ ਕੇ ਕਿਤੇ ਪੈਂਦਾ ਸਾਡੇ 'ਤੇ ਪੈਂਦਾ ਆਮ ਲੋਕਾਂ 'ਤੇ, ਹੈ ਨਾ, ਸਾਨੂੰ ਮਤਲਬ ਚੁੰਡਿਆ ਜਾ ਰਿਹਾ, ਸਾਨੂੰ ਕਿਸੇ ਪੱਖੋਂ ਕੋਈ ਸਹੂਲਤ ਨਹੀਂ, ਹੈ ਨਾ। ਮੋਟਾ ਮੋਟਾ ਦੇਖਿਆ ਜਾਵੇ ਕਿ ਹੈਲਥ ਸੈਕਟਰ, ਠੀਕ ਹੈ, ਐਜੂਕੇਸ਼ਨ, ਠੀਕ ਹੈ, ਸਾਰਾ ਜੀ ਪ੍ਰਾਈਵੇਟਾਈਜ਼ ਕਰਤਾ, ਨਰਸਰੀ ਸਕੂਲ ਨੇ ਨਰਸਰੀ ਦੀ ਪੜ੍ਹਾਈ ਲਈ 2.5 ਲੱਖ ਫੀਸ, ਠੀਕ ਹੈ, ਇਹ ਜਦੋਂ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਕਰੀ ਜੀ ਬੜਾ ਚੰਗਾ ਜੀ ਬੜਾ ਚੰਗਾ, ਜਿਹਨਾਂ ਨੂੰ ਮਾਂ ਪਿਓ ਦੇ ਹਲਕ ਜਗੂਠਾ ਦੇ 2.5 ਲੱਖ ਲੈਂਦੇ ਨੇ, ਨਹੀਂ ਆਪਦੇ ਜਵਾਕ ਨੂੰ ਲੈ ਜਾਓ, ਠੀਕ ਹੈ, ਔਰ ਸਾਡੀਆਂ ਆਪਣੀਆਂ ਮਾਤਰ ਭਾਸ਼ਾਵਾਂ 'ਤੇ ਬੈਨ, ਤੁਸੀਂ ਜੀ ਪੰਜਾਬੀ ਬੋਲੋਗੇ ਤਾਂ ਤੁਹਾਨੂੰ ਜੁਰਮਾਨਾ, ਹੈ ਨਾ। ਸੇਮ ਹੀ ਚੀਜ਼ ਇਹ ਆਲਟਰਨੇਟਿਵ ਕ੍ਰੀਏਟ ਕਰ ਰਹੇ ਇਹਨਾਂ ਨੂੰ ਬਿੱਲਾਂ ਦੇ ਦੂਰੇ, ਪ੍ਰਾਈਵੇਟ ਮੰਡੀ, ਪ੍ਰਾਈਵੇਟ ਪਲੇਅਰ, ਸਾਨੂੰ ਕਠਪੁਤਲੀ ਸੀ ਕਠਪੁਤਲੀ ਵੀ ਨਹੀਂ ਰਹਿਣਾ, ਐਡੀ ਬੱਤਰ ਹਾਲਾਤ ਹੋ ਜਾਣੇ ਕਿਸਾਨ ਦੇ। ਤਾਂ ਪੰਜਾਬ ਉੱਠਿਆ, ਮੈਨੂੰ ਬੜੀ ਖੁਸ਼ੀ ਆ ਕਿ ਨਾ 84 ਤੋਂ ਬਾਅਦ ਇੱਕ ਜੋ ਸਾਡੀ ਨਸ਼ਲ ਗੁਸੀ ਹੋਈ, ਹੈ ਨਾ, ਉਹ ਤੋਂ ਬਾਅਦ ਹੁਣ ਪੰਜਾਬ ਜਵਾਨ ਹੋਇਆ ਨਾ, ਮੁੜ ਕੇ ਆ ਕੇ ਦਿੱਲੀ ਨੂੰ ਘੇਰਿਆ ਆ, ਅਸੀਂ ਖਾਲੀ ਤਾਂ ਨਹੀਂ ਜਾਂਦੇ, ਹੈ ਨਾ। ਬਿੱਲ ਰੱਦ ਹੋਣਗੇ ਭਾਵੇਂ ਜਿੰਨਾ ਮਰਜ਼ੀ ਟਾਈਮ ਲੈਣ, ਪਰ ਇੱਥੋਂ ਬਾਅਦ ਮੈਨੂੰ ਲੱਗਦਾ ਕਿ ਇਸ ਰੋਸ ਪ੍ਰਦਰਸ਼ਨ 'ਚੋਂ ਨਾ ਪੰਜਾਬ ਨੂੰ ਬਹੁਤ ਕੁਛ ਮਿਲੂਗਾ, ਇੱਕ ਰਾਜਨੀਤਿਕ ਬਦਲ, ਇੱਕ ਆਰਥਿਕ ਬਦਲ, ਇੱਕ ਸਮਾਜਿਕ ਬਦਲ, ਇੱਕ ਧਾਰਮਿਕ ਬਦਲ, ਠੀਕ ਹੈ, ਚਾਰਾਂ ਫਰੰਟਾਂ ਤੋਂ ਨਾ ਪੰਜਾਬ ਨੂੰ ਚੁੱਕਣਾ ਪੈਣਾ, ਤਦ ਪੰਜਾਬ ਦਾ ਕੁਛ ਹੋ ਸਕਦਾ। ਜਿਹੜਾ ਵੱਡੇ ਘਰਾਣਿਆਂ ਦਾ ਮੀਡੀਆ ਹੈਗਾ ਉਹ ਵੀ ਪੰਜਾਬ ਨੂੰ ਨਸ਼ੇੜੀ ਦਿਖਾਈ ਗਿਆ, ਇੱਥੋਂ ਤੱਕ ਕਿ ਫਿਲਮਾਂ ਨੇ ਜਿਹੜੀਆਂ ਵੱਡੇ ਬਜਟ ਦੀਆਂ ਫਿਲਮਾਂ ਬਣਦੀਆਂ ਆਈਆਂ ਭਾਰਤ ਦੇ ਵਿੱਚ, ਉੱਥੇ ਵੀ ਉੜਤਾ ਪੰਜਾਬ ਵਰਗੀ ਫਿਲਮ ਆਈ, ਉਹਦੇ 'ਚ ਵੀ ਨਸ਼ੇੜੀ ਦਿਖਾਇਆ ਗਿਆ, ਉਹਦੇ 'ਤੇ ਕੀ ਹੁਣ ਇੱਥੇ ਤਾਂ ਕਲਾਕਾਰ ਵੀ ਇੱਕ ਹੋ ਗਏ, ਲਾਈਨਾਂ ਵੀ ਬਦਲੀਆਂ ਜਾ ਰਹੀਆਂ, ਗੀਤ ਵੀ ਸਾਡੇ ਬਦਲ ਰਹੇ ਆ, ਇਸ ਅੰਦੋਲਨ ਨੇ ਬਹੁਤ ਕੁਛ ਚੇਂਜ ਕਰਤਾ। ਵੀਰੇ ਜਦੋਂ 2014 ਦਾ ਇਲੈਕਸ਼ਨ ਹੋਇਆ ਸੀ ਨਾ, ਉਸ ਟਾਈਮ ਜੋ ਹੁਣ ਅੱਜ ਦੇ ਸਾਡੇ ਪ੍ਰਧਾਨ ਮੰਤਰੀ ਨੇ ਮੋਦੀ, ਉਹਨਾਂ ਨੂੰ ਬਹੁਤ ਲਾਈਕ ਨਾ ਹਰ ਮੁਸੀਬਤ ਲਈ ਬਦਲ ਸ਼ੋ ਕਰਿਆ ਗਿਆ, ਔਰ ਜਿਹੜਾ ਪਿੱਛੇ ਮੀਡੀਆ ਕੰਮ ਕਰ ਰਿਹਾ ਕਾਰਪੋਰੇਟ ਸੈਕਟਰਾਂ ਦਾ, ਕਾਰਪੋਰੇਟ ਸੈਕਟਰ ਕੌਣ ਨੇ, ਮਿੱਲਾਂ ਦੇ ਮਾਲਕ, ਕੋਲ ਮਾਈਨਾਂ ਸਾਰੀਆਂ ਉਹਨਾਂ ਕੋਲ, ਏਅਰਪੋਰਟ ਉਹਨਾਂ ਕੋਲ, ਬੈਂਕ ਉਹਨਾਂ ਕੋਲ, ਸਾਰਿਆਂ ਨੇ ਰਲ ਮਿਲ ਕੇ ਲਗਾਇਆ ਆਪਣਾ ਪੈਸਾ ਉਸ 'ਚ, ਠੀਕ ਹੈ। ਅਤੇ ਜੀ ਇਹੀ ਬਦਲਾ ਹੀ 20-30 ਸਾਰੇ ਮੀਡੀਆ ਚੈਨਲਾਂ ਦੇ ਮਾਲਕ ਨੇ, ਜੋ ਉਹ ਸਾਨੂੰ ਪਰੋਸਣਾ ਚਾਹੁੰਦੇ ਸੀ ਉਹ ਅਸੀਂ ਲਿਆ, ਠੀਕ ਹੈ। ਅਤੇ ਫਿਰ ਹੁਣ ਉਹਨਾਂ ਨੇ ਜੋ ਪੈਸਾ ਲਗਾਇਆ ਸਰਕਾਰ ਦੇ ਹਲਕ 'ਚ ਗੁੱਠਾ ਦੇ ਕੇ, ਜੋ ਉਹਨਾਂ ਦੇ ਆਪਣੇ ਪਿਛਲੇ ਜਿਹੜੇ ਮੋਟਿਵ ਨੇ ਉਹ ਲੈਣਗੇ, ਉਹ ਕਰਵਾਉਣਗੇ। ਖਰਾਤ 'ਚ ਕੋਈ ਬਿਜ਼ਨਸਮੈਨ ਕਿਸੇ ਨੂੰ ਪੈਸਾ ਨਹੀਂ ਦਿੰਦਾ ਜਦ ਤੱਕ ਉਹਨੂੰ ਲੱਗਦਾ ਨਹੀਂ ਕਿ ਹਾਂ ਮੈਨੂੰ ਇੱਥੋਂ ਕੁਛ ਮਿਲਣਾ ਨਹੀਂ, ਠੀਕ ਹੈ। ਹੁਣ 2014 ਤੋਂ ਲੈ ਕੇ ਅੱਜ ਤੱਕ ਦਾ ਜਿੰਨੀਆਂ ਵੀ ਉਹਦੇ ਬਾਅਦ ਨੀਤੀਆਂ ਆਈਆਂ ਸੀ ਸਾਰੀਆਂ ਭੁਗਤੀਆਂ ਜੀ, GST, ਠੀਕ ਹੈ ਜੀ, NRCC, ਠੀਕ ਹੈ, ਅਤੇ ਹੋਰ ਫਿਲਹਾਲ 370 ਹੋਰ ਜਿੰਨੀਆਂ ਵੀ ਇਕਨੋਮਿਕ, ਮੈਂ ਇਕਨੋਮਿਕ ਫਰੰਟ ਕਹਾਂ, ਠੀਕ ਹੈ, ਇਕਨੋਮਿਕ ਫਰੰਟ ਦੀਆਂ ਪਾਲਿਸੀਆਂ ਸਾਰੀਆਂ ਡਾਇਰੈਕਟ ਫਾਇਦਾ ਉਹਨਾਂ ਨੂੰ ਆ, ਠੀਕ ਹੈ। ਲੋਕਾਂ ਦੀ ਤਾਂ ਛਿੱਲ ਲਾਈ ਜਾ ਰਹੀ ਹੈ, ਅਗਰ ਮੈਂ ਤੁਹਾਨੂੰ ਸਾਫ਼ ਲਫ਼ਜ਼ਾਂ 'ਚ ਕਹਾਂ। ਹਾਂ, ਜਿਹੜਾ ਇਹਨਾਂ ਨੇ ਪੰਜਾਬ ਨੂੰ ਬਹੁਤ ਲਾਈਕ ਨੈਗੇਟਿਵ ਉਸ 'ਚ ਸ਼ੋ ਕਰਿਆ, ਹੈ ਨਾ, ਦਿਖਾਇਆ, ਇਸ 'ਚ ਭੂਮਿਕਾ ਵੀਰੇ ਸਭ ਦੀ ਹੈ, ਇੱਥੇ ਦੁੱਧ ਧੋਤਾ ਕੋਈ ਨਹੀਂ, ਮੀਡੀਆ ਹੈ, ਠੀਕ ਹੈ, ਬਾਲੀਵੁੱਡ ਸਰਦਾਰਾਂ ਨੇ ਉੱਥੇ ਸਿਰਫ ਇੱਕ ਮਜ਼ਾਕ ਦਾ ਪਾਤਰ, ਠੀਕ ਹੈ, ਜਿਹਨਾਂ ਨੂੰ ਪੰਜਾਬ ਬਾਰੇ ਕੱਖ ਨਹੀਂ ਪਤਾ, ਸਿੱਖੀ ਬਾਰੇ ਕੁਛ ਨਹੀਂ ਪਤਾ, ਸਰਦਾਰ ਲਫ਼ਜ਼ ਦੀ ਪਰਿਭਾਸ਼ਾ ਕੀ ਹੈ ਕੱਖ ਨਹੀਂ ਪਤਾ, ਉਹ ਸਰਦਾਰਾਂ ਦੇ ਕਿਰਦਾਰਾਂ ਨੂੰ ਉਹ ਸਿਰਫ ਮਜ਼ਾਕੀਆ ਪਾਤਰ 'ਚ ਦਰਸਾਉਂਦੇ ਨੇ, ਠੀਕ ਹੈ। ਸਾਡਾ ਆਪਣਾ ਪੰਜਾਬੀ ਮੀਡੀਆ ਉਹ ਵੀ ਕਿਸੇ ਘੱਟ ਨਹੀਂ, ਠੀਕ ਹੈ, ਲੱਚਰ ਗਾਣੇ ਪੂਰਾ ਯੋਗਦਾਨ ਉਹਨਾਂ ਦਾ ਪੰਜਾਬ ਨੂੰ ਬਰਬਾਦ ਕਰਨ 'ਚ, ਠੀਕ ਹੈ। ਅਤੇ ਸਾਡੇ ਆਪਣੇ ਘਰਾਂ ਅਤੇ ਸਕੂਲਾਂ ਦਾ ਕਾਲਜਾਂ ਦਾ ਮਾਹੌਲ ਸਾਰਾ ਮਿਲ ਕੇ ਸਾਨੂੰ, ਅਸੀਂ ਆਪਣੀ ਬਰਬਾਦੀ ਆਪ ਲਿਖੀ ਹੈ ਵੀਰੇ, ਠੀਕ ਹੈ। ਅਸੀਂ ਅਗਰ ਵਾਕਈ ਕੁਛ ਬਦਲਾਵ ਚਾਹੁੰਦੇ ਤਾਂ ਸਾਨੂੰ ਖੁਦ ਤੋਂ ਸ਼ੁਰੂ ਕਰਨਾ ਪੈਣਾ। ਅਗਰ ਮੰਨ ਲਓ ਦਾਦਾ ਕਿਤਾਬ ਪੜ੍ਹ ਰਿਹਾ ਨਾ, ਤਾਂ ਪੋਤੇ ਨੂੰ ਕਹਿਣ ਦੀ ਲੋੜ ਨਹੀਂ ਕਿ ਪੁੱਤ ਤੂੰ ਕਿਤਾਬ ਪੜ੍ਹ, ਉਹਨੇ ਆਪਦੇ ਆਪ ਪੜ੍ਹਨੀ ਹੈ, ਉਹਦਾ ਆਪਣੇ ਆਪ ਬੌਧਿਕ ਦਲ ਅਮੀਰ ਹੋਊਗਾ, ਠੀਕ ਹੈ। ਅਤੇ ਬਦਲ ਇਹਦਾ ਇਹ ਸੋਲਿਊਸ਼ਨ ਸਾਨੂੰ ਆਪਦੇ ਘਰਾਂ 'ਚ ਲੱਭਣੇ ਪੈਣੇ। ਹਾਂ, ਜਿਹਦੀ ਜਿੱਦਾਂ ਜਿੱਥੇ ਜਦੋਂ ਦਾ ਲੱਗਿਆ ਉਹਨੇ ਪੰਜਾਬ ਨੂੰ ਸੰਨਾ ਲਾਈਆਂ, ਭਾਵੇਂ ਸਾਡੇ ਪੰਜਾਬ ਦੇ ਪੋਲੀਟੀਸ਼ੀਅਨ ਹੋਣ ਜਾਂ ਸੈਂਟਰ ਹੋਵੇ, ਹਰ ਪੱਖੋਂ ਪੰਜਾਬ ਨੂੰ ਤੋੜਿਆ ਮਰੋੜਿਆ ਗਿਆ। ਕਿਉਂ? ਕਿਉਂਕਿ ਪੰਜਾਬ ਬਹੁਤ ਬਹਾਦਰ ਲੋਕਾਂ ਦੀ ਕੌਮ ਆ, ਮਿਹਨਤਕਸ਼ ਲੋਕਾਂ ਦੀ ਕੌਮ ਆ। ਸਾਨੂੰ ਲਿਖ ਸ਼ੁਰੂਆਤ ਤੋਂ ਸਾਡੇ ਪੁਰਖਿਆਂ ਨੂੰ ਨਾਲ ਹਮਲਾਵਰ ਹੁੰਦੇ ਰਹੇ, ਸਾਡੇ ਉਹ ਜਿਸਮ 'ਚ ਆ, ਖੂਨ 'ਚ ਆ, ਕਿ ਜਿੰਨਾ ਮਰਜ਼ੀ ਸਾਨੂੰ ਰੋਂਦ ਲਓ ਅਸੀਂ ਫਿਰ ਤੋਂ ਉੱਠ ਕੇ ਖਿੜ ਪੈਂਦੇ ਹਾਂ, ਹੈ ਨਾ। ਉਹ ਤਾਂ ਸਾਨੂੰ ਬਹੁਤ ਪੋਲਿਸੀਆਂ ਬਣਾ ਬਣਾ ਕੇ ਤੋੜਿਆ ਮਰੋੜਿਆ ਗਿਆ ਤਾਂ ਕਿ ਬਾਈ ਜੀ ਇਹਨਾਂ ਨੂੰ ਸ਼ੋਕ ਕਰਾ ਜਾਵੇ, ਮਰੇ ਹੋਏ ਨੇ, ਇਹਨਾਂ 'ਚ ਜ਼ਮੀਰ ਨਹੀਂ ਆ, ਨਸ਼ੇੜੀ ਆ ਜੀ, ਇਹ ਆ ਜੀ, ਵੋ ਆ ਜੀ, ਹੈ ਨਾ। ਬਹੁਤ ਸਿਸਟਮੈਟਿਕ ਤਰੀਕੇ ਨਾਲ, ਹਰ ਤਰੀਕੇ ਨਾਲ, ਹਰ ਤੰਤਰ ਨੇ ਉੱਥੇ ਕੰਮ ਕਰਿਆ, ਹੈ ਨਾ। ਅਤੇ ਉਹਨਾਂ ਦਾ ਨਤੀਜਾ ਆਪਾਂ ਭੁਗਤਦੇ ਹਾਂ, ਬਟ ਆਹ ਜੋ ਕਿਸਾਨ ਇਕੱਠਾ ਹੋਇਆ ਨਾ ਇਸ ਮੁੱਦੇ 'ਤੇ, ਹੁਣ ਜਿਹੜੇ ਹਰਿਆਣਾ ਦੇ ਲੋਕ ਕਹਿੰਦੇ ਸੀ ਕਿ ਸਰਦਾਰਾਂ ਨੂੰ ਅਸੀਂ ਕਿਤਾਬਾਂ ਜੀ ਬੜਾ ਛਾਵੇਂ ਹੁੰਦੇ ਆ ਜੀ, ਹੈ ਨਾ, ਕਹਿੰਦੇ ਸੀ ਪ੍ਰਤੱਖ ਹੁਣ ਦੇਖਿਆ ਜਦੋਂ ਉਹਨਾਂ ਨੇ ਬੈਰੀਕੇਡ ਤੋੜੇ ਵੀ ਸਿੰਘ ਇੱਦਾਂ ਦੇ ਬਹਾਦਰ ਹੁੰਦੇ ਆ ਜਦੋਂ ਉਹਨਾਂ 'ਤੇ ਕੌਮ 'ਤੇ ਕੁਛ ਮੁਸ਼ਕਿਲ ਪੈਂਦੀ ਆ ਜਾਂ ਆਮ ਲੋਕਾਂ ਦੀ ਭਲਾਈ, ਤਾਂ ਹਿੱਕਾਂ ਡਾ ਕੇ ਸਾਹਮਣੇ ਖੜ੍ਹੇ ਹੁੰਦੇ ਆ। ਧੰਨਵਾਦ ਜੀ, ਤੁਸੀਂ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ ਵੀਰੇ।